ਮਿਤੀ 19/7/24 ਨੂੰ ਪਿੰਡ ਰਾਮਗੜ੍ਹ ਭੁੰਦਰ ਥਾਣਾ ਕੋਟਪੱਤਾ ਵਿਖੇ ਇੱਕ ਔਰਤ ਹਰਮਨਪ੍ਰੀਤ ਕੌਰ, ਜਿਸਦਾ ਕਿ ਵਿਆਹ 12 ਸਾਲ ਪਹਿਲਾਂ ਮਨਦੀਪ ਸਿੰਘ ਵਾਸੀ ਰਾਮਗੜ੍ਹ ਭੁੰਦਰ ਦੇ ਨਾਲ ਹੋਇਆ ਸੀ, ਜਿਨ੍ਹਾਂ ਦੇ ਦੋ ਲੜਕੇ ਆ, ਇੱਕ 10 ਸਾਲ ਦਾ ਅਤੇ ਇੱਕ 6 ਸਾਲ ਦਾ, ਅਤੇ ਕੱਲ੍ਹ ਸ਼ਾਮ ਨੂੰ 7:30 ਵਜੇ ਮਨਦੀਪ ਸਿੰਘ ਨੇ ਕੁਹਾੜੀਆਂ ਦੇ ਇਹਦੇ ਸਿਰ ਦੇ ਵਿੱਚ ਕੁਹਾੜੀਆਂ ਦੇ ਵਾਰ ਕਰਕੇ ਅਤੇ ਇਹਦੀ ਘਰ ਦੇ ਵਿੱਚ ਹੀ ਇਹਦੀ ਮੌਤ ਕਰ ਦਿੱਤੀ ਸੀ, ਅਤੇ ਜਿਸ ਦੀ ਇਤਲਾਹ ਹਾਸਲ ਹੋਣ 'ਤੇ SHO ਕੋਟਫੱਤਾ, ਮੈਂ DSP ਦਿਹਾਤੀ ਬਠਿੰਡਾ ਅਤੇ ਫੋਰੈਂਸਿਕ ਸਾਇੰਸ ਟੀਮਾਂ ਮੌਕੇ 'ਤੇ ਪੁੱਜੀਆਂ ਸੀ, ਅਤੇ ਇਹਦੀ ਜਿਹੜੀ ਡੈੱਡ ਬੋਡੀ ਆ ਅਸੀਂ ਸਿਵਲ ਹੋਸਪਿਟਲ ਪੋਸਟਮਾਰਟਮ ਲਈ ਭੇਜ ਦਿੱਤੀ ਸੀ, ਅਤੇ ਇਸ ਸੰਬੰਧੀ ਅਸੀਂ ਮਨਦੀਪ ਸਿੰਘ ਦੇ ਵਰਖਿਲਾਫ ਕਤਲ ਦਾ ਮੁਕੱਦਮਾ ਥਾਣਾ ਕੋਟਪੱਤਾ ਵਿਖੇ ਦਰਜ ਕਰ ਦਿੱਤਾ ਸੀਗਾ। ਇਸ ਦੇ ਲੜਕੀ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ਉੱਪਰ ਅਤੇ ਅੱਜ ਇਹਦਾ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਹਦੀ ਲਾਸ਼ ਇਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ, ਅਤੇ ਜਿਹੜਾ ਇਹਦਾ ਘਰ ਵਾਲਾ ਕਾਤਲ ਮਨਦੀਪ ਸਿੰਘ, ਇਹਨੂੰ ਅਸੀਂ 12 ਘੰਟੇ ਦੇ ਅੰਦਰ ਅੰਦਰ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ, ਅਤੇ ਇਸ ਨੂੰ ਕੱਲ੍ਹ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਦੇ ਲਈ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਕੀ ਵਜ੍ਹਾ ਹੈ ਸਰ ਕਾਤਲ ਕਰਨ ਦੀ? ਇਹ ਹਰਮਨਪ੍ਰੀਤ ਕੌਰ ਦਾ ਅਤੇ ਮਨਦੀਪ ਸਿੰਘ ਦਾ ਆਪਸ ਦੇ ਵਿੱਚ ਕੋਈ ਆਪਸ ਵਿੱਚ ਹੀ ਕੋਈ ਮਨਮਟਾ ਸੀ, ਜਿਸ ਕਰਕੇ ਇਹਨੇ ਮਨਦੀਪ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਘਰ ਦੇ ਵਿੱਚ ਹੀ ਹਰਮਨਪ੍ਰੀਤ ਕੌਰ ਦੇ ਕੁਹਾੜੀਆਂ ਦੇ ਸਿਰ ਦੇ ਵਿੱਚ ਬਹੁਤ ਬਰੂਟਲੀ ਕੁਹਾੜੀਆਂ ਦੇ ਵਾਰ ਕਰਕੇ ਇਹਦੀ ਮੌਤ ਕਰ ਦਿੱਤੀ ਸੀ।